परेशानी बनती नहीं थोड़ी बनती नहीं 70,000 नाल जिता बनती नहीं बदलाव है असी तो लड़ाई लड़ांगे ही उन्हां दी असी नहीं पिछे हटदे असी पिछे नहीं हटदे किसान भरावां दी लड़ाई जो लड़दे पर इन्ने के नाल पता जरूर लग गया नहीं मैं नहीं क्या पीटीसी चला दे भावें सुखबीर सिंह बादल दे चैनल ते पर मैं नहीं क्या किसान साडी जिंद जान है ना ना मैं क्या किसानां नाल असी खड़ांगे ठोक के पर इन्हां किसानां भरावां नूं थोड़ा जिहा पता लगना चाहिए सी इह बदलाव दे भुलेखा खा बैठे असी तां कहिंदे कि गन्ना किसान नूं बिल्कुल तड़फण नहीं देना उहदी लड़ाई दलवीर सिंह गोलदी ते राजा वड़िंग लड़नगे उहनां दे नाल है जिथे उह सदणगे उत्थे जावांगे पर उहनां नूं जिहड़ा भुलेखा सी उह निकल गया विचारे संगरूर पहुंचे से पंजाब कांग्रेस दे प्रधान अमरिंदर सिंह राजा वड़िंग धरना दे रहे एसडीएम दफ्तर की छत ते चढ़े किसानां दा सवाल होया तां सुणिया तुसीं थोड़ी जी टिचर मारी ते फिर कहण लगे साडी किसानां नाल हमदर्दी है वैसे वड़िंग साहब किसानां नूं मारी तुहाडी टीचर नूं असीं एक पासे कर दिंदे आ पर इह जिहड़ी बदलाव वाली गल तुसीं कीती है इस नाल असीं सहमत नहीं हाँ इह तुहाडी गलत फहमी है जिस नूं दूर करन लई असीं तुहानूं दो तस्वीरां विखाउंदे आ एक तुहाडी सरकार वेले दी तस्वीर एक आम आदमी पार्टी दी सरकार मौजूदा सरकार की बदलाव होया उही एसडीएम दा दफ्तर छत ते चढ़े किसान 2019 वाली तस्वीर च तां किसानां ने हथ च सल्फास दीआं गोलियां फड़ियां ने गल ए है कि किसान अज भी धक्के खा रहे ने सड़कां ते रुल रहे ने अपना मेहनताना लैण लई सरकारां दे तरले कढ रहे ने इस तों पहलां भी ते तुहाडी 5 साल दी सरकार च भी नैशनल हाईवे जाम होए डीसी दफ्तरां दे घेराओ कीते गए इत्थों तक कि जिहड़े कांग्रेस दे लीडर तुहाडे पिछे बैठे ने ਇਹ ਜਦੋਂ ਚੋਣ ਪ੍ਰਚਾਰ ਕਰਨ ਨਿਕਲਦੇ ਸੀ 2022 ਦੀਆਂ ਚੋਣਾਂ ਦੌਰਾਨ ਕਿਸਾਨ ਇਹਨਾਂ ਨੂੰ ਘੇਰ ਲੈਂਦੇ ਸੀ ਖੈਰ ਮੁੱਦਾ ਇਹ ਨਹੀਂ ਹੈ ਗੱਲ ਹੱਲ ਦੀ ਹੈ ਕਹਿਣਾ ਤਾਂ ਜੀ ਅਸੀਂ ਮਤਲਬ ਬੈਠੇ ਐਵੇਂ ਹੀ ਗੱਲਾਂ ਕਰਦੇ ਤੇ ਕਿ ਅਸੀਂ ਤਾਂ ਉਹੀ ਹੈਰਾਨ ਆ ਇਹ ਜਿਹੇ ਸਿਸਟਮ ਦੇ ਜਿਹੜੀਆਂ ਮਤਲਬ ਹਨਾ ਪਿਛਲੀਆਂ ਅੱਕੇ ਹੋਇਆਂ ਨੇ ਅਸੀਂ ਸਰਕਾਰਾਂ ਤੋਂ ਆਹ ਇੱਕ ਤੀਜਾ ਨਵਾਂ ਮਤਲਬ ਬੰਝ ਕੱਢ ਲਿਆ ਇਹ ਜਮਾਈ ਮਤਲਬ ਉਹਨਾਂ ਨਾਲੋਂ ਵੀ 13ਵਾਂ ਹੋ ਗਿਆ ਇਹਨਾਂ ਨੇ ਅੱਜ ਮਜਬੂਰ ਕਰਤੇ ਲੋਕ ਇਹ ਗੱਲ ਕਹਿਣ ਨੂੰ ਵੀ ਇਹਨਾਂ ਨਾਲੋਂ ਤਾਂ ਫਿਰ ਪਿਛਲੇ ਠੀਕ ਤੇ ਜਿਹੜੀ ਜਮਾ ਹੀ ਯਾਰ ਹੱਦ ਕਿਸੇ ਗੱਲ ਦੀ ਤਾਂ ਮੱਲਾ ਹੱਦ ਹੁੰਦੀ ਆ ਇਹਨਾਂ ਨੇ ਮੱਲਾ ਕੋਈ ਸਾਰ ਹੀ ਨਹੀਂ ਲਈ ਸਾਡੀ ਕੱਲ ਦੀ ਕੋਈ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੋਵੇ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਜ਼ਰੂਰ ਆਇਆ ਜੀ ਪ੍ਰਸ਼ਾਸਨ ਦੇ ਜਿੰਨਾ ਕੁ ਹੱਥ ਮੱਥੇ ਜੇ ਆ ਉਹਨਾਂ ਨੇ ਕੁਛ ਨਹੀਂ ਹੈਣਾ 25 ਲੱਖ ਰੁਪਈਆ ਕਹਿੰਦੇ ਸੀ ਕੱਲ ਵੀ 25 ਲੱਖ ਉਹ ਪਾਉਣ ਨੂੰ ਕਹਿੰਦੇ ਨੇ ਹੁਣ 25 ਲੱਖ ਨਾਲ ਮੰਨ ਲਓ 30 ਕਰੋੜ ਦੀ ਅਦਾਇਗੀ ਕਦੋਂ ਹੋਈ ਪੂਰੇ ਕੰਮਕਾਜ ਠੱਪ ਪਿਆ ਸਿਰਫ ਸੇਵਾ ਕੇਂਦਰ 'ਚ ਕੰਮ ਹੋ ਰਿਹਾ ਹਾਂ ਅਸੀਂ ਇਹੀ ਗੱਲਾਂ ਕਰਦੇ ਤੇ ਵੀ ਲੋਕ ਕੱਲ੍ਹ ਦੇ ਹੈਰਾਨ ਹੋਈ ਜਾਂਦੇ ਨੇ ਅਸੀਂ ਉਰੇ ਬਾਹਰੇ ਬੈਠੇ ਹਾਂ ਕਿਸੇ ਕੰਮ ਵਾਲੇ ਨੂੰ ਅਸੀਂ ਨਹੀਂ ਰੋਕਿਆ ਕਿਸੇ ਅਫਸਰ ਨੂੰ ਅਸੀਂ ਕੰਮ ਕਰਨ ਤੋਂ ਨਹੀਂ ਰੋਕਿਆ ਲੋਕ ਹੈਰਾਨ ਹੁੰਦੇ ਨੇ ਹੈਰਾਨ ਹੋ ਕੇ ਮੁੜ ਜਾਂਦੇ ਨੇ ਅਸੀਂ ਤਾਂ ਹੈਰਾਨ ਹੋ ਹੀ ਰਿਹਾ ਨਾਲ ਲੋਕ ਵੀ ਮਤਲਬ ਅਫਸਰ ਹੀ ਨਹੀਂ ਮੁਲਾਜ਼ਮ ਹੀ ਨਹੀਂ ਹੈਗੇ ਅੰਦਰ ਕੋਈ ਦਫ਼ਤਰ ਸਾਰੇ ਬੰਦ ਪਏ ਨੇ ਧੁਰੀ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੈ ਇੱਥੋਂ ਵਿਧਾਇਕ ਬਣੇ ਤੇ ਫਿਰ ਮੁੱਖ ਮੰਤਰੀ ਦੀ ਕੁਰਸੀ ਨਸੀਬ ਹੋਈ ਆਪਣੇ ਹਲਕੇ ਨਾਲ ਤਾਂ ਖਾਸ ਹਮਦਰਦੀ ਹੋਣੀ ਚਾਹੀਦੀ ਹੈ ਪਰ ਫਿਲਹਾਲ ਦੇ ਸਮੇਂ ਇਹ ਸਾਨੂੰ ਕਿ ਤਾਂ ਧਰਨਾ ਦੇ ਰਹੇ ਇਹਨਾਂ ਕਿਸਾਨਾਂ ਨੂੰ ਵੀ ਕਿਤੇ ਨਜ਼ਰ ਨਹੀਂ ਆ ਰਹੀ ਅੱਜ ਭਗਵੰਤ ਮਾਨ ਤੇਲੰਗਾਨਾ ਪਹੁੰਚੇ ਸੀ ਉੱਥੇ ਗੰਨਾ ਕਿਸਾਨਾਂ ਦਾ ਜ਼ਰੂਰ ਜ਼ਿਕਰ ਹੋਇਆ ਕਿ MSP ਦੀ ਗੱਲ ਉਹਨਾਂ ਨੇ ਕੀਤੀ ਪਰ ਇੱਥੇ ਆ ਕੇ ਵੀ ਉਹਨਾਂ ਨੂੰ ਹਾਲਾਤ ਦੇਖਣੇ ਚਾਹੀਦੇ ਨੇ ਇਹਨਾਂ ਕਿਸਾਨਾਂ ਨੂੰ ਸੁਣਨਾ ਚਾਹੀਦਾ ਹੈ ਕਿਸਾਨਾਂ ਦਾ ਪ੍ਰਾਈਵੇਟ ਮਿਲਸ ਵੱਲ ਕਰੋੜਾਂ ਰੁਪਏ ਬਕਾਇਆ ਹੈ ਇਹ ਕਿਸਾਨ ਸਰਕਾਰ ਵੱਲ ਵੇਖ ਰਹੇ ਨੇ ਕਿ ਇਹਨਾਂ ਦਾ ਮੁੱਦਾ ਹੱਲ ਕਰਵਾਓ ਤਾਂ ਕਿ ਇਹ ਘਰੋਂ ਘਰੀ ਜਾ ਸਕਣ ਬਾਕੀ ਤੁਸੀਂ ਇਸ ਵੀਡੀਓ 'ਤੇ ਕੀ ਕੁਛ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਫਿਲਹਾਲ ਮੈਨੂੰ ਦਿਓ ਇਜਾਜ਼ਤ ਅਤੇ ਦੇਖਦੇ ਰਹੋ ਪੰਜਾਬ ਤੱਕ ਸਤਿ ਸ਼੍ਰੀ ਅਕਾਲ